ਚੁੱਪ ਗਿਆ ਕਾਹਨੂੰ ਜਿੱਤ ਗਿਆ ਸਰਦਾਰ ਗੁਰਦੇਵ ਸਿੰਘ ਦੇ ਮਾਨ ਜਿੰਦਾਬਾਦ ਸਰਦਾਰ ਗੁਰਦੇਵ ਸਿੰਘ ਦੇ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ੍ਰੀ ਭਗਵੰਤ ਮਾਨ ਜਿੰਦਾਬਾਦ ਸ੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਤੁਹਾਨੂੰ ਮੁਬਾਰਕਾਂ ਆਮ ਆਦਮੀ ਪਾਰਟੀ ਜਲੰਧਰ ਤੋਂ ਚੋਣ ਜਿੱਤੀ ਹੈ ਜੀ ਸਰ ਕਿਉਂ ਵਧਾਈਆਂ ਦੇਣੀਆਂ ਚਾਹੋਗੇ ਦੇਸ਼ ਵਾਸੀਆਂ ਨੂੰ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੇ ਤੁਸੀਂ ਆਏ ਹੋ ਆਪਣਾ ਚੈਨਲ 'ਤੇ ਸਾਡੇ ਕੋਲ ਮੈਂ ਅੱਜ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿਉਂਕਿ ਸਾਡੀ ਇਹ ਆਮ ਪਾਰਟੀ ਆ ਇਹਦਾ ਹੁਣ ਕੁਣਵਾ ਜਿਹੜਾ ਵੱਧਦਾ ਜਾਂਦਾ ਲਗਾਤਾਰ ਸਾਡੇ ਸੁਪਰੀਮੋ ਪਾਰਟੀ ਦੇ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਮਿਹਨਤ ਅਤੇ ਸਾਡੇ ਭਗਵੰਤ ਮਾਨ ਮਾਨਯੋਗ CM ਨੇ ਜਿਹੜੇ ਪੰਜਾਬ ਦੇ ਉਹਨਾਂ ਦੀ ਮਿਹਨਤ ਸਾਡੇ ਹਲਕੇ ਦੇ MLA ਸਰਦਾਰ ਗੁਰਦੇਵ ਸਿੰਘ ਜੀ ਦੇ ਮਾਨ ਜਿਹੜੇ ਹਮੇਸ਼ਾ ਤਤਪਰ ਰਹਿੰਦੇ ਨੇ ਉਹਨਾਂ ਦੀ ਮਿਹਨਤ ਸਾਡੇ ਵਰਕਰ ਸਾਹਿਬਾਨ ਜਿਹੜੇ ਅੱਜ ਇੰਨੇ ਥੋੜ੍ਹੇ ਸਾਹਮਣੇ ਬੈਠੇ ਨੇ ਕੋਈ ਬਾਹਰ ਖੜ੍ਹੇ ਨੇ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਅੱਜ ਪਾਰਟੀ ਨੂੰ ਬਹੁਤ ਵੱਡੀ ਜਿਹੜੀ ਜਿੱਤ ਆ ਉਹ ਮਿਲ ਰਹੀ ਆ ਮੈਂ ਤਾਂ ਇਹ ਸੋਚ ਰਿਹਾ ਵੀ ਆਉਣ ਵਾਲੇ ਸਮੇਂ 'ਚ ਜਿੰਨੀਆਂ ਵੀ ਇਲੈਕਸ਼ਨਾਂ ਹੋਣੀਆਂ ਨੇ ਬਲਾਕ ਸੰਮਤੀ ਦੀ ਇਲੈਕਸ਼ਨ ਹੋਵੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੋਵੇ ਪੰਚਾਇਤਾਂ ਇਲੈਕਸ਼ਨਾਂ ਹੋਣਗੀਆਂ ਮਿਊਂਸਪਲ ਕਮੇਟੀ ਦੀ ਇਲੈਕਸ਼ਨਾਂ ਹੋਣਗੀਆਂ ਸਭ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਵੱਡੀ ਜਿੱਤ ਨਾਲ ਜਿੱਤ ਦਰਜ ਕਰੂਗੀ ਇਹ ਰਿਕਾਰਡ ਹੋਊਗਾ ਪੰਜਾਬ ਦੇ ਵਿੱਚ ਅਤੇ ਸਰ ਜਿਵੇਂ ਤੁਹਾਡਾ ਵਿਕਾਸ ਪੰਜਾਬ ਦੇ ਵਿੱਚ ਕੀਤਾ ਜੀ ਉਹਦਾ ਤੁਹਾਨੂੰ ਇੱਕ ਸਾਲ ਵਿੱਚ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡਾ ਕਿੱਥੇ ਖੜ੍ਹੇ ਹੋ ਤੁਸੀਂ ਜੀ ਦੇਖੋ ਲੋਕਾਂ ਨੇ ਮੋਹਰ ਲਾਇਆ ਵਿਕਾਸ ਨੂੰ ਦੇਖ ਕੇ ਲਾਈ ਆ ਲੋਕਾਂ ਨੇ ਐਡੀ ਲੀਡ ਆ ਜਿਹੜੀ ਦਿੱਤੀ ਆ 50,000 ਤੋਂ ਉੱਤੇ ਲੀਡ ਆ ਇਹ ਸਾਰੀ ਵਿਕਾਸ ਦੇ ਸਿਰਤੇ ਹੀ ਆ ਸਾਡੇ ਮੁੱਖ ਮੰਤਰੀ ਸਾਹਿਬ ਬੜਾ ਕੰਮ ਆ ਜਿਹੜਾ ਬਹੁਤ ਦਿਲਚਸਪੀ ਨਾਲ ਕਰ ਰਹੇ ਨੇ ਬੜੀ ਤੇਜ਼ੀ ਨਾਲ ਕੰਮ ਪੰਜਾਬ ਦਾ ਹੋ ਰਿਹਾ ਵਿਕਾਸ ਹੋ ਰਿਹਾ ਕੋਈ ਸ਼ੱਕ ਨਹੀਂ ਅਤੇ ਸਰ ਤੁਸੀਂ ਕੁਛ ਆਮ ਜਿਹੜੇ ਤੁਹਾਡੇ ਵਰਕਰ ਨੇ ਜਿਵੇਂ ਉਹਨਾਂ ਵਿੱਚ ਵੀ ਬਹੁਤ ਹੌਂਸਲਾ ਦੇਖਿਆ ਵੀ ਅੱਜ ਥਾਂ ਥਾਂ 'ਤੇ ਲੱਡੂ ਵੰਡੇ ਜਾ ਰਹੇ ਨੇ ਜੀ ਅਤੇ ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਹੈ ਜੀ ਇਹਨੂੰ ਕੀ ਦੇਖਦੇ ਹੋ ਤੁਸੀਂ ਸਰ ਵਰਕਰਾਂ 'ਚ ਉਤਸ਼ਾਹ ਜ਼ਿਆਦਾ ਵੱਧਦਾ ਜਦ ਪਾਰਟੀ ਵਰਕਰਾਂ ਦੇ ਨਾਲ ਖੜੀ ਹੁੰਦੀ ਆ ਸਾਡੇ ਜਿਹੜੇ ਲੀਡਰ ਨੇ ਸਾਡੇ MLA ਸਾਹਿਬਾਨ ਨੇ ਜਾਂ ਸਾਡੇ ਜ਼ਿਲ੍ਹਿਆਂ ਦੇ ਵਿੱਚ ਲੀਡਰ ਨੇ ਜਾਂ ਬਲਾਕਾਂ ਦੇ ਵਿੱਚ ਲੀਡਰ ਨੇ ਜਾਂ ਫਿਰ ਹੁਣ ਕਮੇਟੀਆਂ ਦੇ ਵਿੱਚ ਮੈਂ ਹੁਣ ਅੱਜ ਮੈਂ ਇੱਥੇ ਬੈਠਾ ਇਹ ਸਾਰੇ ਜਿਹੜੇ ਹੈਗੇ ਨੇ ਬੰਦੇ ਪੂਰੇ ਆਪਣਾ ਕੰਮ ਕਰ ਰਹੇ ਨੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਸਾਰੇ ਜਿਹੜੇ ਬੰਦੇ ਜਦ ਖੁਸ਼ ਹੁੰਦੇ ਹੁੰਦੇ ਨੇ ਜਦ ਆਪਾਂ ਸਾਰੇ ਹਰ ਬੰਦੇ ਦੀ ਪੁੱਛ ਗਿੱਛ ਹੋਵੇ ਹਰ ਬੰਦੇ ਨੂੰ ਪੁੱਛ ਕੇ ਕੰਮ ਕਰੀਏ ਕਿਉਂਕਿ ਛੋਟੇ ਵਰਕਰ ਤੋਂ ਲੈ ਕੇ ਵੱਡੇ ਵਰਕਰ ਤੱਕ ਏਕਾ ਹੋਣਾ ਚਾਹੀਦਾ ਪਾਰਟੀ ਦੇ ਵਿੱਚ ਫਿਰ ਪਾਰਟੀ ਹਮੇਸ਼ਾ ਜਿਹੜੀ ਹੈਗੀ ਆ ਅੱਗੇ ਵੱਧਦੀ ਜਾਂਦੀ ਆ ਇੱਦਾਂ ਹੀ ਮੇਰਾ ਖਿਆਲ ਆ ਵੀ ਆਮ ਆਦਮੀ ਪਾਰਟੀ ਬਹੁਤ ਵੱਡੀ ਪਾਰਟੀ ਹਿੰਦੁਸਤਾਨ ਦੇ ਵਿੱਚ ਬਣ ਜਾਣੀ ਆ ਆਉਣ ਵਾਲੇ ਜਿਹੜੇ ਪ੍ਰਧਾਨ ਮੰਤਰੀ ਹੋਣਗੇ ਅਰਵਿੰਦ ਕੇਜਰੀਵਾਲ ਸਾਡੇ ਹੋਣਗੇ
ਤੇ ਸਰ ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਬਲਾਕ ਪ੍ਰਧਾਨ ਹੋ, ਤੁਸੀਂ ਸਰ ਕੋ ਕਹਿਣਾ ਚਾਹੋਗੇ ਜੀ? ਹਾਂਜੀ, ਅੱਜ ਬਹੁਤ ਖੁਸ਼ੀ ਦਾ ਦਿਨ ਹੈ ਵੀ ਜਿਹੜਾ ਸਾਡਾ ਸੁਸ਼ੀਲ ਕੁਮਾਰ ਰਿੰਕੂ ਜੀ ਆਮ ਆਦਮੀ ਪਾਰਟੀ ਜਲੰਧਰ ਤੋਂ MP ਬਣ ਰਹੇ ਨੇ। ਸੋ ਇਹ ਭਗਵੰਤ ਮਾਨ ਦੀ ਦੇਣ ਹੈ, ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਉਹਨਾਂ ਨੇ ਕੰਮ ਕਰੇ ਨੇ, ਬਿਜਲੀ ਜਿਹੜੀ ਫਰੀ ਕਰੀ ਆ ਉਹ, ਅਤੇ ਮੁਹੱਲਾ ਕਲੀਨਿਕ 500 ਤੋਂ ਉੱਪਰ ਬਣਾਤੇ ਅਸੀਂ ਨੇ। ਤੋ ਸੋ ਇਹ ਜਿਹੜੀ ਜਿੱਤ ਹੈ ਸਾਨੂੰ ਜਿੱਤ, ਇਹ ਐਂ ਕਹਿੰਦੇ ਵੀ ਜਿਹੜਾ ਸਾਡੇ ਅਰਵਿੰਦ ਕੇਜਰੀਵਾਲ ਨੇ ਉਹ ਪ੍ਰਧਾਨ ਮੰਤਰੀ ਬਣਨ ਦੀ ਇੱਥੋਂ ਇੱਕ ਨੀਂਹ ਧਰਤੀ ਸੀ। ਸਰ ਦੋ ਜਿਹੜੀਆਂ ਹੁਣ ਸਰਪੰਚੀ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ, ਇਹਦੇ ਉੱਤੇ ਵੀ ਇਹਦਾ ਅਸਰ ਪੈ ਸਕਦਾ ਬਹੁਤ ਵਧੀਆ ਜੀ? ਦੇਖੋ ਇਹ ਤਾਂ ਆਮ ਆਦਮੀ ਪਾਰਟੀ ਦਾ ਕੰਮਾਂ ਦੇ ਆਧਾਰ 'ਤੇ ਲੋਕ ਵੋਟਾਂ ਮੰਗ ਰਹੀ ਹੈ। ਜਿਹੜੀ ਜਲੰਧਰ ਤੋਂ ਵੋਟਾਂ ਪਾਈਆਂ ਨੇ ਲੋਕਾਂ ਨੇ, ਉਹ ਵੀ ਇੱਕ ਕੰਮ ਦੇ ਆਧਾਰ 'ਤੇ ਪਾਈਆਂ ਨੇ ਵੀ ਜਿਹੜੇ ਆਮ ਆਦਮੀ ਪਾਰਟੀ ਕੰਮ ਹੈ ਉਹ ਵਧੀਆ ਕਰ ਰਹੀ ਹੈ। ਸੋ ਲੋਕ ਅੱਗੇ ਤੋਂ ਵੀ ਅਸੀਂ ਕੰਮ ਕਰਾਂਗੇ ਤਾਂ ਲੋਕਾਂ ਕੋਲ ਵੋਟਾਂ ਮੰਗਣ ਜਾਵਾਂਗੇ। ਤੇ ਸਰ ਕੁਛ ਹੋਰ ਵਰਕਰਾਂ ਨੂੰ ਕੁਛ ਸੰਦੇਸ਼ ਦੇਣਾ ਚਾਹੁੰਦੇ? ਵਰਕਰਾਂ ਨੂੰ ਤਾਂ ਦੇਖੋ ਅੱਜ ਬਹੁਤ ਸਵੇਰ ਦੇ ਫੋਨ ਆ ਰਹੇ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਸਾਡੀ ਲੀਡ ਹੋਈ ਹੈ। ਸੋ ਵਰਕਰ ਦੇਖੋ ਸਾਡਾ 200-300 ਵਰਕਰ ਇੱਥੇ ਅੱਜ ਭਾਸ਼ਣ ਦੇ ਵਿੱਚ ਅਸੀਂ ਲੱਡੂ ਵੰਡ ਰਹੇ ਹਾਂ ਢੋਲ ਢਮੱਕੇ ਨਾਲ। ਸੋ ਭਗਵੰਤ ਮਾਨ ਜੀ ਨੂੰ, ਅਰਵਿੰਦ ਕੇਜਰੀਵਾਲ ਜੀ ਨੂੰ ਵਧਾਈਆਂ ਨੇ ਵੀ ਆਮ ਆਦਮੀ ਪਾਰਟੀ ਇੱਥੋਂ ਜਿੱਤ ਰਹੀ ਹੈ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਵੀ ਟਰੱਕ ਯੂਨੀਅਨ ਦੇ ਪ੍ਰਧਾਨ ਹੋ, ਤੁਸੀਂ ਕੋਈ ਕਹਿਣਾ ਚਾਹੋਗੇ? ਹਾਂਜੀ, ਖੁਸ਼ੀ ਦਾ ਦਿਨ ਜੀ ਅੱਜ। ਸਾਡੇ ਉਮੀਦਵਾਰ ਜਿੱਤੇ ਨੇ ਆਮ ਆਦਮੀ ਪਾਰਟੀ ਦੇ, ਭਗਵੰਤ ਮਾਨ ਸਾਹਿਬ ਨੇ ਜਿਹੜੇ ਕੰਮ ਕੀਤੇ ਨੇ ਅੱਜ ਲੋਕਾਂ ਨੇ ਮੋਹਰ ਲਾਤੀ। ਸਰ ਤੁਸੀਂ ਵੀ ਜਿਵੇਂ ਹਲਕੇ ਦੇ ਅਸੀਂ ਦੇਖਿਆ ਅਨਾਜ ਮੰਡੀਆਂ ਜਾ ਕੇ ਬਹੁਤ ਵਧੀਆ ਸਰਵਿਸ ਦਿੱਤੀ ਹੈ ਟਰੱਕਾਂ ਵੱਲੋਂ, ਕਿਸੇ ਜ਼ਿਮੀਦਾਰ ਜਾਂ ਕਿਸੇ ਆੜ੍ਹਤੀ ਨੂੰ ਕੋਈ ਦਿੱਕਤ ਨਹੀਂ ਆਈ? ਸਰ ਕੋਈ ਦਿੱਕਤ ਨਹੀਂ ਆਈ ਕਿਸੇ ਕਿਸਮ ਦੀ, ਬਹੁਤ ਵਧੀਆ ਕੰਮ ਚੱਲਿਆ। ਹੁਣ ਵੀ ਚੱਲ ਰਿਹਾ, ਬਹੁਤ ਕੰਮ ਰਹਿ ਗਿਆ, ਇੱਕ ਦੋ ਦਿਨਾਂ 'ਚ ਨਿਬੜ ਜਾਣਾ ਕੰਮ ਸਾਰਾ। ਅਤੇ ਸਰ ਹੋਰ ਭਗਵੰਤ ਮਾਨ ਜੀ ਨੂੰ ਕੁਛ ਭਾਰਸੋਂ ਲਈ ਵੀ ਅਪੀਲ ਕਰੋਗੇ ਵੀ ਆਉਣ ਵਾਲੇ ਸਮੇਂ ਸਰਪੰਚੀ ਦੀ ਇਲੈਕਸ਼ਨ ਆ ਰਹੀ ਹੈ ਪਿੰਡਾਂ ਵਾਸਤੇ? ਬਿਲਕੁਲ ਕਰਾਂਗੇ ਜੀ, ਕਹਾਂਗੇ ਵੀ ਹਲਕੇ 90 ਦੇ ਜਿੰਨਾ ਵਿਕਾਸ ਦੇ ਕੰਮ ਨੇ ਇਹਨਾਂ ਨੂੰ ਪੂਰੇ ਸਿਰੇ ਚਾੜੋ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ 71 ਹੋ ਜ਼ਿਲ੍ਹਾ ਪਟਿਆਲੇ ਦੇ, ਤੁਸੀਂ ਕੁਛ ਕਹਿਣਾ ਚਾਹੋ? ਇੱਕ ਮਿੰਟ ਸਰ, ਤੁਸੀਂ 71 ਹੋ ਜ਼ਿਲ੍ਹਾ ਪਟਿਆਲੇ ਦੇ, ਤੁਸੀਂ ਵੀ ਬਹੁਤ ਮਿਹਨਤ ਕਰੀ ਹੈ ਜਿੱਥੇ ਦੇਖਿਆ ਸੀ ਜਲੰਧਰ ਦੇ ਵਿੱਚ ਜਾ ਕੇ ਜੀ, ਤੁਸੀਂ ਕੁਛ ਵਧਾਈ ਦੇਣ ਜਾਓਗੇ? ਹਾਂਜੀ ਬਿਲਕੁਲ ਜੀ, ਅੱਜ ਬਹੁਤ ਖੁਸ਼ੀ ਦਾ ਦਿਨ ਆ। ਸਾਡੇ 1 ਸਾਲ ਦੇ CM ਸਾਹਿਬ ਦੇ ਕੰਮਾਂ ਨੂੰ ਦੇਖ ਕੇ ਜਲੰਧਰ ਵਾਸੀਆਂ ਨੇ ਸਾਡੇ 'ਤੇ ਅੱਜ ਜਿੱਤ ਦੀ ਮੋਹਰ ਲਾਈ ਆ। ਇੱਕ ਵਿਰੋਧੀਆਂ ਦੇ ਅੱਜ ਮੂੰਹ ਵੀ ਬੰਦ ਹੋ ਗਏ ਜੋ ਲਗਾਤਾਰ ਪਿਛਲੇ ਦਿਨਾਂ ਤੋਂ ਪੋਸਟਾਂ ਪਾ ਰਹੇ ਨੇ। ਮੈਂ ਤਾਂ ਇੱਕ ਦਿਨ ਪਹਿਲੀ ਰਾਤ ਪੋਸਟ ਵੀ ਪਾਤੀ ਵੀ ਦੇਖੀ ਹੋਣੀ ਆ ਵੀ ਕੱਲ੍ਹ ਨੂੰ ਵਿਰੋਧੀਆਂ ਦੇ ਮੂੰਹ 'ਤੇ ਚਪੇੜਾਂ ਵੱਜਣੀਆਂ ਨੇ ਜਦੋਂ ਸਾਡਾ ਨਤੀਜਾ ਆਊਗਾ। ਸੋ ਅੱਜ ਵਿਰੋਧੀਆਂ ਦਾ ਮੂੰਹ ਬੰਦ ਹੋ ਗਏ, ਸੁਸ਼ੀਲ ਕੁਮਾਰ ਰਿੰਕੂ ਜੀ ਵੱਡੀ ਗਿਣਤੀ ਨਾਲ ਜਿੱਤ ਰਹੇ ਨੇ। ਸੋ ਸਾਰਿਆਂ ਨੂੰ ਇਹ ਜਿੱਤ ਵਿਕਾਸ ਦੇ ਨਾਂ 'ਤੇ ਹੋ ਰਹੀ ਆ, ਕਿਉਂਕਿ ਪਹਿਲਾਂ ਜਲੰਧਰ ਦੇ ਵਿੱਚ, ਹੁਣ ਵੀ ਲਗਾਤਾਰ 5 MLA ਜਲੰਧਰ ਦੇ ਵਿੱਚ ਕਾਂਗਰਸ ਦੇ ਨੇ। ਉਹਨਾਂ ਦੇ ਬਾਵਜੂਦ ਵੀ ਜੋ CM ਸਾਹਿਬ ਨੇ 1 ਸਾਲ ਦੇ ਕੰਮ ਕੀਤੇ ਨੇ, ਜਿਵੇਂ ਕਿ ਬਿਜਲੀ ਫਰੀ ਅਤੇ ਮੁਹੱਲਾ ਕਲੀਨਿਕ ਅਤੇ ਆਪਣੇ ਐਜੂਕੇਸ਼ਨ ਨੂੰ ਲੈ ਕੇ, ਸੋ ਇਹਦੇ ਕਰਕੇ ਵਿਕਾਸ ਦੇ ਆਧਾਰ 'ਤੇ ਵੋਟਾਂ ਪਈਆਂ ਨੇ। ਸੋ ਅੱਜ ਵੱਡੀ ਜਿੱਤ ਹੋਈ ਆ, ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਮੈਂ। ਅਤੇ ਸਰ ਜਿਵੇਂ ਰਿੰਕੂ ਜੀ ਤੁਹਾਡੇ ਖਾਸ ਮੰਨੇ ਜਾਂਦੇ ਨੇ, ਤੁਸੀਂ ਉਹਨਾਂ ਦੇ ਮਿੱਤਰ ਵੀ ਰਹੇ ਹੋ, ਤੁਸੀਂ ਕੁਛ ਸਰ ਕਹਿਣਾ ਚਾਹੋਗੇ? ਹਾਂਜੀ ਦੇਖੋ ਜੀ, ਮੈਂ ਆਮ ਆਦਮੀ ਪਾਰਟੀ ਦੀ ਅਤੇ ਰਿੰਕੂ ਜੀ ਕਾਂਗਰਸ 'ਚੋਂ ਆਏ ਨੇ। ਸੋ ਮੇਰੇ ਉਹਨਾਂ ਨਾਲ ਪੁਰਾਣੇ ਰਿਲੇਸ਼ਨ ਨੇ, ਬਹੁਤ ਵਧੀਆ ਇਨਸਾਨ ਨੇ। ਜਿੰਨਾ ਚਿਰ ਕਾਂਗਰਸ 'ਚ ਰਹੇ ਨੇ ਉਨਾ ਚਿਰ ਵੀ ਇਹਨਾਂ ਨੇ ਪੂਰਾ ਵਧੀਆ ਕੰਮ ਕਰਿਆ। ਸੋ ਹੁਣ ਸਾਡੀ ਪਾਰਟੀ 'ਚ ਆ ਕੇ CM ਸਾਹਿਬ ਦੀ ਅਗਵਾਈ ਵਿੱਚ, ਸੋ ਹੁਣ ਵੀ ਬਹੁਤ ਵਧੀਆ ਕੰਮ ਕਰਦੇ ਹਾਂ ਪਾਰਲੀਮੈਂਟ ਦੇ ਵਿੱਚ। ਸੋ ਸਾਡਾ ਇੱਕ MP ਚੱਲਿਆ ਗਿਆ ਭਗਵੰਤ ਮਾਨ ਜੀ ਨੇ, ਉਹਨਾਂ ਨੂੰ ਆਪਣਾ ਵੋਟ ਦੇਣਾ ਜਿਵੇਂ ਦੱਸਿਆ ਜੀ CM ਸਾਹਿਬ ਨੇ। ਸੋ ਹੁਣ ਅਸੀਂ ਪਾਰਲੀਮੈਂਟ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਾਂਗੇ। ਸਰ ਸਤਿ ਸ਼੍ਰੀ ਅਕਾਲ ਜੀ ਤਮਾਨ ਸਾਹਿਬ। ਸਰ ਤੁਸੀਂ ਵੀ ਅੱਜ ਵਧਾਈ ਦਿਓਗੇ ਜੀ? ਹਾਂ, ਬਹੁਤ ਬਹੁਤ ਪੰਜਾਬੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਇਸ ਜਿੱਤ ਦੀ ਬਹੁਤ ਬਹੁਤ ਮੈਂ ਮੁਬਾਰਕ ਦਿੰਦਾ। ਔਰ ਸਾਰੇ ਵਲੰਟੀਅਰ, ਦਿੱਲੀ ਦੇ CM ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਜੀ, ਸਾਡੇ ਹਲਕੇ ਦੇ MLA ਗੁਰਦੇਵ ਸਿੰਘ ਦੇਵਮਾਨ ਜੀ, ਔਰ ਸਾਰੇ ਸਮੂਹ ਵਰਕਰਾਂ ਨੂੰ ਬਹੁਤ ਬਹੁਤ ਵਧਾਈ, ਜਿਨ੍ਹਾਂ ਦੀ ਮਿਹਨਤ, ਆਲ ਪੰਜਾਬ ਦੇ ਵਲੰਟੀਅਰ ਦੀ ਮਿਹਨਤ ਉੱਥੇ ਰੰਗ ਲੈ ਕੇ ਆਈ, ਔਰ ਇੱਕ ਬਹੁਤ ਹੀ ਖੁਸ਼ੀ ਦਾ ਦਿਨ ਲੈ ਕੇ ਆਈ ਜੋ ਕਿ ਵੱਡੀ ਲੀਡ 'ਤੇ ਆਮ ਆਦਮੀ ਪਾਰਟੀ ਜਿੱਤ ਰਹੀ ਹੈ। ਜੋ ਪਿਛਲੇ 30 ਸਾਲ ਦੇ ਕਰੀਬ ਕਾਂਗਰਸ ਜਿੱਥੇ ਜਿਹੜੀ ਸੀਟ 'ਤੇ ਕਾਬਜ਼ ਸੀ, ਅੱਜ ਆਮ ਆਦਮੀ ਪਾਰਟੀ ਦਾ ਉਸ ਸੀਟ 'ਤੇ ਕਬਜ਼ਾ ਹੋਇਆ। ਬਹੁਤ ਬਹੁਤ ਮੈਂ ਮੁਬਾਰਕਾਂ ਦਿੰਦਾ ਸਾਰੇ ਵਲੰਟੀਅਰਾਂ ਨੂੰ।
ਸਰ ਜਿਵੇਂ ਬੀਜੇਪੀ ਦਾਅਵੇ ਕਰਦੀ ਸੀ ਵੀ ਅਸੀਂ ਤਾਂ 13 ਦੀਆਂ 13 ਲੈ ਕੇ ਜਾਵਾਂਗੇ, ਉਹ ਤਾਂ ਇੱਕ ਦੀ ਹਾਰ ਗਏ, ਇਹਦੇ ਲਈ ਕੁਛ ਨਹੀਂ। ਬੀਜੇਪੀ ਦੇ ਦਾਅਵੇ ਹੁੰਦੇ ਨੇ ਉਹ ਕਿਸੇ ਦੇ ਆਪਣੇ ਕਾਂਗਰਸ ਬੀਜੇਪੀ ਕਿਸੇ ਦੀ ਮੌਤ ਤੇ ਰੋਤੀਆਂ ਸੇਕ ਰਹੀ ਸੀ, ਪਰ ਆਮ ਆਦਮੀ ਪਾਰਟੀ ਅਸੀਂ ਸਾਰੇ ਵਲੰਟੀਅਰ ਉੱਥੇ ਲੰਮਾ ਸਮਾਂ ਜਲੰਧਰ ਰਹੇ ਹਾਂ। ਭਗਵੰਤ ਮਾਨ ਜੀ ਕਹਿ ਰਹੇ ਸੀ ਵੀ ਕੱਲੇ ਵਿਕਾਸ ਦੇ ਨਾਂ ਤੇ ਵੋਟਾਂ ਨੇ, ਅਗਰ ਅਸੀਂ ਇੱਕ ਸਾਲ ਵਿਕਾਸ ਕਰਿਆ ਤਾਂ ਪਾ ਦਿਓ, ਜੇ ਤੁਹਾਨੂੰ ਲੱਗਦਾ ਨਹੀਂ ਕਰਿਆ ਤਾਂ ਨਾ ਹੀ ਪਾਇਓ। ਉਹ ਇੱਕ ਵਿਕਾਸ ਦੇ ਮੋਹਰ ਦਾਤੀ ਜਲੰਧਰ ਵਾਸੀਆਂ ਨੂੰ। ਧੰਨਵਾਦ।